ਪੰਜਾਬ ਦੇ ਜਾਇਆਂ ਦੀ ਜਨਮ ਭੂਮੀ ਬੇਸ਼ੱਕ ਪੰਜਾਬ ਹੋਵੇ, ਪਰ ਹਾਲਾਤਾਂ ਤੇ ਮਜਬੂਰੀਆਂ ਨੇ ਉਹਨਾਂ ਨੂੰ ਅਨਿਆਈ ਮੌਤੇ ਵਿਦੇਸ਼ ਦੀ ਧਰਤੀ ਤੇ ਮਰਨ ਲਈ ਮਜਬੂਰ ਕਰ ਦਿੱਤਾ ਹੈ। ਆਰਥਿਕ ਹਾਲਾਤਾਂ ਦੇ ਧੱਕੇ ਵਿਦੇਸ਼ ਘਰ ਦੇ ਹਾਲਾਤਾਂ ਨੂੰ ਧੱਕਾ ਦੇਣ ਜਾਂਦੇ ਨੇ, ਪਰ ਖੁਦ ਲਾਸ਼ ਬਣ ਕੇ ਸਦਾ ਲਈ ਉਸ ਦੇਸ਼ 'ਚ ਚਲੇ ਜਾਂਦੇ ਨੇ ਜਿੱਥੋਂ ਮੁੜ ਕੇ ਕਦੇ ਕੋਈ ਵਾਪਸ ਨਹੀਂ ਆਉਂਦਾ। ਅਜਿਹਾ ਹੀ ਪੁਰਤਗਾਲ 'ਚ ਹੋਇਆ, ਜਿੱਥੇ ਇੱਕ ਕਾਰ ਐਕਸੀਡੈਂਟ 'ਚ 4 ਭਾਰਤੀਆਂ ਦੀ ਮੌਤ ਹੋਈ। ਮ੍ਰਿਤਕਾਂ 'ਚੋਂ ਇੱਕ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਵੀ ਸੀ, ਜਿਸ ਦੀ ਹੋਣੀ ਉਸਨੂੰ ਮਹਿਜ਼ 3 ਮਹੀਨੇ ਪਹਿਲਾਂ ਹੀ ਪੁਰਤਗਾਲ ਲੈ ਕੇ ਆਈ ਸੀ। 23 ਸਾਲਾ ਰਜਤ ਦੇ ਘਰ ਉਸ ਵੇਲੇ ਸੱਥਰ ਵਿੱਛ ਗਿਆ ਜਦੋਂ ਉਹਨਾਂ ਨੂੰ ਪੁਰਤਗਾਲ ਤੋਂ ਫੋਨ ਆਇਆ ਕਿ ਉਹਨਾਂ ਦਾ ਬੇਟਾ ਕਾਰ 'ਚ ਸਮਾਨ ਖਰੀਦਣ ਗਿਆ ਸੀ, ਜਿਸ 'ਚ 3 ਹੋਰ ਨੌਜਵਾਨ ਵੀ ਸਵਾਰ ਸਨ। ਰਸਤੇ 'ਚ ਕਾਰ ਦਾ ਟਰਾਲੇ ਨਾਲ ਐਕਸੀਡੈਂਟ ਹੋ ਗਿਆ। ਇਹ ਸਭ ਕੁਝ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਕਾਰ ਸਵਾਰਾਂ ਦੀ ਮੌਤ ਹੋ ਗਈ। ਮ੍ਰਿਤਕ ਰਜਤ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਰਤ ਸਰਕਾਰ ਨੂੰ ਗੁਹਾਰ ਲਾਈ ਗਈ ਹੈ ਉਹਨਾਂ ਦੇ ਜਾਏ ਦੀ ਲਾਸ਼ ਨੂੰ ਭਾਰਤ ਲਿਆਉਣ 'ਚ ਉਹਨਾਂ ਦੀ ਮਦਦ ਕੀਤੀ ਜਾਵੇ। ਮ੍ਰਿਤਕ ਦੇ ਪਰਿਵਾਰ ਦੀ ਤ੍ਰਾਸਦੀ ਤਾਂ ਦੇਖੋ ਕਿ 14 ਲੱਖ ਦਾ ਕਰਜ਼ ਚੁੱਕ ਕੇ ਰਜਤ ਪੁਰਤਗਾਲ ਗਿਆ। ਉਸਦੀ ਪਹਿਲੀ ਕਮਾਈ ਸੋਮਵਾਰ ਨੂੰ ਮਿਲਣੀ ਸੀ, ਜਿਸ ਦੀ ਜਾਣਕਾਰੀ ਉਸਨੇ ਮੌਤ ਦੇ ਚੰਦ ਮਿੰਟ ਪਹਿਲਾਂ ਹੀ ਆਪਣੀ ਮਾਂ ਨੂੰ ਦਿੱਤੀ ਸੀ। ਤੁਹਾਡੀ ਆਖਰੀ ਵਾਰ ਕਦੋਂ ਗੱਲ ਹੋਈ? ਰਾਤੀ ਹੋਈ, ਠੀਕ ਠਾਕ ਸੀਗਾ। ਮੇਰੇ ਘਰ ਰੋਟੀ ਖਾਧੀ ਸੀ, ਮੈਂ ਕਿਹਾ ਕਹਿੰਦਾ ਸਵੇਰੇ ਸ਼ਨੀਵਾਰ ਛੁੱਟੀ ਆ ਜ਼ਿਆਦਾ, ਮੰਮੀ ਮੈਂ ਕੱਲ੍ਹ ਤੋਂ ਸਵੇਰੇ ਫੋਨ ਕਰਿਆ, ਮੈਨੂੰ ਨਹੀਂ ਆਇਆ ਫੋਨ ਕੁੱਟਦਾ। ਰਾਤੀਆਂ ਗੱਲਾਂ ਰਾਤੀ ਹੋਈਆਂ, ਠੀਕ ਠਾਕ, ਬੜਾ ਸੋਹਣਾ ਨੱਚਿਆ ਮੰਮੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ? ਕਿਸ਼ਤੀ ਮਾਰ ਲੈਂਦੇ, ਅਪੀਲ ਕਰਦੇ ਕੋਈ ਪ੍ਰਸ਼ਾਸਨ ਦੇ ਅੱਗੇ? ਅਪੀਲ ਹੈ ਤੁਹਾਡੀ, ਬੱਚਾ ਤੁਹਾਡਾ ਘਰ ਸਰਕਾਰ ਦੇ ਅੱਗੇ ਕਰ ਲਾ। ਪੁਰਤਗਾਲ ਗਿਆ ਹੋਇਆ ਸੀਗਾ ਅਤੇ ਕਰਜ਼ਾ ਵੀ ਬਹੁਤ ਚੁੱਕਿਆ ਹੋਇਆ, ਦੱਸਿਆ ਬਹੁਤ ਅੱਗੇ ਔਖੇ ਨਾਲ ਉਹ ਆਪਣੀ ਰੋਜ਼ੀ ਰੋਟੀ ਕਮਾ ਕੇ ਆਇਆ ਸੀ। 3 ਮਹੀਨੇ ਹੋਏ ਸੀ ਮੰਮੀ ਹੋ ਗਏ, ਇੱਕ ਭੈਣੀ ਦੱਸ ਜੀ ਉਹਦੇ ਡੈਡ ਬੋਡੀ ਵਿੱਚ ਵਾਪਸ ਜਦੋਂ ਪਹੁੰਚਾਈ ਜਾਂ ਇੰਡੀਆ ਵਿੱਚ ਆਖਰੀ ਵਾਰ ਤੁਹਾਡੀ ਕਦੋਂ ਗੱਲ ਹੋਈ? ਹਾਂਜੀ, ਮੈਨੂੰ 10 ਵਜੇ ਗੱਲ ਹੋਈ ਸੀ। ਮੈਂ ਸਸੁਰਾਲ ਵਿੱਚ ਸੀਗੀ,
ਉੱਥੇ ਮੇਰੇ ਨਾਲ ਗੱਲ ਹੋਈ ਉਹਦੇ ਨਾਲ, ਉਸ ਤੋਂ ਬਾਅਦ ਉਸ ਪਤਾ ਨਹੀਂ ਕਿਆ ਗੱਲ ਹੋਈ ਕੀ ਨਹੀਂ ਹੋਈ ਉਹਦੇ ਨਾਲ ਗੱਲ, ਬਾਕੀ ਮੇਰੇ ਵੱਡੇ ਬ੍ਰਦਰ ਨਾਲ ਗੱਲ ਹੋਈ ਸੀ ਉਹਨਾਂ ਦੀ। ਕੀ ਕਹਿੰਦਾ ਸੀ ਵੀਰ ਤੁਹਾਡਾ? ਬਸ ਹਾਲ ਚਾਲ ਪੁੱਛ ਰਿਹਾ ਸੀ ਆਪਣੀ ਛੋਟੀ ਤੁਹਾਨੂੰ ਨਾਲ ਗੱਲ ਕਰ ਰਿਹਾ ਸੀ, ਫੈਮਿਲੀ ਮੇਰੀ ਸਹੁਰੇ ਪਰਿਵਾਰ ਨਾਲ ਗੱਲ ਕਰ ਰਿਹਾ ਸੀ। ਦੇਸ਼ 'ਚ ਆਪਣਾ ਭਵਿੱਖ ਸਵਾਰਨ ਗਿਆ ਇੱਕ ਹੋਰ ਮਾਂ ਦਾ ਲਾਡਲਾ ਪਰਾਏ ਜਹਾਨੀ ਰੁਖਸਤ ਹੋ ਗਿਆ। ਆਖਿਰ ਕਦੋਂ ਤੱਕ ਪੰਜਾਬ ਦੀ ਜਵਾਨੀ ਮਜਬੂਰੀ ਵੱਸ ਵਿਦੇਸ਼ਾਂ ਵੱਲ ਵਹੀਰਾਂ ਘੱਤਦੀ ਰਹੇਗੀ? ਚਮਕਦੇ ਭਵਿੱਖ ਦੀ ਤਲਾਸ਼ ਮੌਤ ਦੀ ਹਨੇਰੀ ਵੱਲ ਲਿਜਾਂਦੀ ਰਹੇਗੀ? ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।